10 ਦਿਨ ਮਾਸ਼ਾਅੱਲਾ ਕਰਮਾ ਜੀ ਕੱਚੀ ਹੈ ਜੀ, 10 ਦਿਨ ਕੱਢ ਜਾਏਗੀ ਜੀ। ਬਿਸਮਿਲ੍ਲਾਹ ਰਹਿਮਾਨ ਰਹੀਮ, ਅਸਲਾਮ ਅਲੈਕੁਮ। ਆਪ ਦੇਖ ਰਹੇ ਮੇਰਾ ਯੂਟਿਊਬ ਚੈਨਲ ਅਰਨ ਫਰਾਮ ਬੈਫਲੋ, ਔਰ ਮੈਂ ਆਪਕਾ ਮੇਜ਼ਬਾਨ ਅਬੂ ਕਸ਼ਾ। ਅੱਛਾ ਜੀ, ਅੱਜ ਸਾਡੀ ਲੋਕੇਸ਼ਨ ਜਿਹੜੀ ਹੈਗੀ ਗੈਂਬਰ ਮੰਡੀ ਹੈ, ਅਤੇ ਮੌਸਮ ਥੋੜ੍ਹਾ ਬਹੁਤ ਖਰਾਬ ਹਾਲਤ ਹੈ। ਅਤੇ ਭਾਈ ਜਿਹੜੇ ਪਹੁੰਚੇ ਆ, ਅਤੇ ਉਹਨਾਂ ਵਿੱਚ 4 ਜਾਨਵਰ ਨੇ ਝੋਟੀਆਂ ਨੇ, ਪਹਿਲਾਂ ਦੂਜਾ 4 ਗਬਨਾਂ ਨੇ ਡਿਲੀਵਰੀ ਵਾਸਤੇ ਤਿਆਰ ਨੇ। ਉਹਨਾਂ ਦੀ ਵੀਡੀਓ ਬਣਾਉਣੀ ਆ, ਤੁਹਾਨੂੰ ਤੇਜ਼ੀ ਨਾਲ ਬਣਾ ਕੇ ਵਿਖਾਉਣੇ, ਕਿਉਂਕਿ ਬਾਰਿਸ਼ ਪੈ ਰਹੀ, ਮੌਸਮ ਬੜਾ ਖਰਾਬ ਹੈ, ਜਾਨਵਰ ਅੰਦਰ ਕਰ ਰਹੇ ਨੇ। ਇਸ ਵਾਰ ਤੁਹਾਨੂੰ ਜਾਨਵਰ ਦਿਖਾ ਦਿੰਦੇ ਹਾਂ ਇੱਕ ਇੱਕ ਕਰਕੇ, ਜਿਹੜੀ ਕੀਮਤਾਂ ਸ਼ਿਮਤਾਂ ਹੈਗੀਆਂ ਉਹ ਵੀ ਤੁਹਾਨੂੰ ਨਾਲ ਦੇ ਦੇਣਗੇ ਜੀ। ਪਹਿਲੇ ਨੰਬਰ 'ਤੇ ਮਾਸ਼ਾਅੱਲਾ ਝੋਟੀ ਹੈ, ਦੂਜਨ ਕੈਰੀ ਹੈ, ਕਿਹੜਾ ਨਾਂ ਕਹਿ ਰਸਤਾ ਕੈਰੀ ਮੱਝ ਹੈ ਮਾਸ਼ਾਅੱਲਾ। ਦੂਜਿਆਂ ਝੋਟੀ ਕਰਮ ਵਾਲੀ ਬੜੀ ਖੂਬਸੂਰਤ ਹੈ, ਬੜੀ ਸੁਥਰੀ, ਨਿੱਕਾ ਨਿੱਕਾ ਸਿੰਘ ਹੈ, ਅਤੇ ਮਾਸ਼ਾਅੱਲਾ ਚੰਗੀ ਗਿੱਠ ਗਿੱਠ ਪਸ਼ਮ ਹੈ ਉਹਦੇ 'ਚ। ਦੂਜਾ ਵਾਰਾ ਸੁਣਿਆ, ਸੋਹਣਾ ਕੱਟੀਆਂ ਵਰਗਾ ਸਿਹਰੇ, ਅਤੇ ਵਜੂਰ ਕਰਮ ਵਾਲੀਆਂ ਮੱਝਾਂ ਵਾਲਾ ਨਿੱਕੀ ਜੀ ਵੱਖੀ ਹੈ, ਅਤੇ ਚੰਗਾ ਕੱਦ ਕਾਠ ਹੈ ਮਾਸ਼ਾਅੱਲਾ, ਅਤੇ ਥੱਲੋ ਕਰਮ ਵਾਲੀਆਂ ਬੜੀ ਸੁਥਰੀ ਹੈ, ਥਣ ਬੜਾ ਸੋਹਣਾ ਹੈਗਾ ਮਾਸ਼ਾਅੱਲਾ। ਅਤੇ ਲਾਲਾ ਮਾੜੀ ਖੋਲੀ ਯਾਰ, ਖੋਲ ਟੋਲ ਟੋਰੀ ਸੋ, ਅਤੇ ਪੁੱਠਾ ਛੁੱਠਾ ਵੀ ਚੰਗਾ, ਇੱਕੋ ਹੀ ਅੱਡੀ ਦੀ ਹੈ, 2 ਫੁੱਟ ਜੋੜਾ ਪੁੱਠਾ, ਚੈੱਕ ਕਰ ਲਓ ਜੀ। ਅਤੇ ਡਿਲੀਵਰੀ ਵਾਸਤੇ ਤਿਆਰ, ਕਿੰਨੇ ਕੁ ਲਾਲਾ ਦਿਨ ਕੱਢ ਜਾਏਗੀ? 8 ਤੋਂ 10 ਦਿਨ ਮਾਸ਼ਾਅੱਲਾ ਕਰਮਾ ਜੀ ਕੱਚੀ ਹੈ, 8 ਤੋਂ 10 ਦਿਨ ਕੱਢ ਜਾਏਗੀ ਇਹਦੇ। ਅਤੇ ਦੂਜਾ ਵਾਰਾ ਇਹਨੇ ਸੁਣਿਆ ਜੀ, ਲੈ ਚਲੋ, ਇਹ ਕੈਰੀ ਹੈ ਜੀ, ਕੈਲਾ ਰੰਗ ਇਹਨੂੰ ਕਹਿ ਦੇ, ਕਹਿੰਦੇ ਨੇ ਰੱਤੀ ਬੁਰੀ ਵੀ ਕਹਿੰਦੇ ਨਾ, ਰੱਤੀ ਬੁਰੀ ਵੀ ਤਾਂ ਕੈਰੀ, ਅਤੇ ਸੋਹਣੀ ਸੁਥਰੀ ਮਾਸ਼ਾਅੱਲਾ ਬੜੀ ਹੈਗੀ ਹੈ, 8 ਤੋਂ 10 ਦਿਨ ਕੱਢ ਜਾਏਗੀ। ਅਤੇ ਪੁਸ਼ਲ ਬਰੀਕ ਹੈ ਧਾਗੇ ਵਰਗੀ, ਚੈੱਕ ਕਰ ਲਓ ਪੈਰਾਂ ਤੱਕ ਬਣਦੇ ਜੀ। ਇਹ ਪਹਿਲੇ ਨੰਬਰ 'ਤੇ ਜੀ। ਉਸ ਤੋਂ ਬਾਅਦ ਜੀ ਆ ਦੂਜੇ ਨੰਬਰ 'ਤੇ ਝੋਟੀ ਹੈ, ਇਹ ਵੀ ਪਹਿਲਾਂ ਨੇ, ਇਹ ਪਹਿਲਾਂ ਨੇ ਮਾਸ਼ਾਅੱਲਾ, ਬੜੀ ਖੂਬਸੂਰਤ ਕਰਮਾਂ ਦੀ, ਐਨ ਨਿੱਕੀ ਜੀ ਕੱਟੀਆਂ ਵਰਗਾ ਸਿਹਰੇ, ਅਤੇ ਚੂਰ ਕੁੰਡਾ ਸਿੰਘ ਹੈ, ਚੈੱਕ ਕਰੋ ਮਾਸ਼ਾਅੱਲਾ, ਸ਼ਾਹ ਕਾਲੀ ਮੁਸ਼ਕਿਲ ਨੇ, ਅਤੇ ਮੱਥੇ 'ਤੇ ਨਿੱਕੀ ਜੀ ਫੁੱਲੀ ਹੈ, ਕਾਲੀ ਅੱਖ ਕਰਮਾਂ, ਚੰਗਾ ਕੱਦ ਦੇ 'ਚ, ਚੰਗੀ ਸੋਹਣੀ ਸੁਤਰੀ, ਲੰਮੀ ਬੜੀ, ਅਤੇ ਪੁਸ਼ਲ ਧਾਗੇ ਵਰਗੀ, ਥਣ ਬੜਾ ਸੋਹਣਾ ਕਰਮ ਵਾਲੀ ਨੇ, ਮੁੱਠ ਮੁੱਠ ਦਾ, ਚੰਗੀਆਂ ਵੰਡਾਂ 'ਚ, ਕਿੰਨੇ ਕੁ ਦਿਨ ਕੱਢੇਗੀ ਲਾਲਾ ਇਹ? 4 ਤੋਂ 5 ਦਿਨ ਕਰਮਾਂ ਵਾਲੀ ਕੱਢ ਜਾਏਗੀ, ਅਤੇ ਕਿਤੇ ਤਿਆਰ ਡਿਲੀਵਰੀ ਵਾਸਤੇ, ਅਤੇ ਬਰੀਕ ਕਰਮਾਂ ਵਾਲੀ ਧਾਗੇ ਵਰਗੀ, ਭਾਵੇਂ ਉਂਗਲ 'ਤੇ ਲੇਟ ਲਿਖਿਆ ਹੋ ਜੀ, ਅਤੇ ਨਿੱਕੀ ਜੀ ਬੂਥੀ ਮਾਸ਼ਾਅੱਲਾ, ਭਾਵੇਂ ਗਲਾਸ 'ਚ ਪਾਣੀ ਪਿਆ ਲਓ, ਚੈੱਕ ਕਰੋ ਜੀ, ਬੜੀ ਖੂਬਸੂਰਤ ਹੈ ਕਰਮਾਂ ਵਾਲੀ, ਹੁਸਨ ਦੀ ਬਾਦਸ਼ਾਹ ਹੈ, ਇੱਕੋ ਹੀ ਅੱਡੀ ਦੀ ਹੈ, ਅਤੇ ਬਰੀਕ ਪੁਸ਼ਲ ਨੇ ਪੈਰਾਂ ਤੱਕ, ਸੋਹਣਾ ਥਾਂ ਨੇ ਕਰਮਾਂ ਵਾਲੀ, ਚੰਗੀਆਂ ਵੰਡਾਂ ਨੇ ਜੀ। ਇਹ 2 ਝੋਟੀਆਂ ਹੋ ਗਈਆਂ, ਇਹ ਪਹਿਲੇ ਨੇ ਅਤੇ ਉਹ ਦੂਜੇ ਨੇ, ਇਹਨਾਂ ਜਿਹੜੀ ਕੀਮਤ ਹੈਗਾ ਤੁਹਾਨੂੰ ਦੱਸਦੇ ਬਾਅਦ, ਉਸ ਤੋਂ ਬਾਅਦ ਜੀ ਆ ਦੂਜਨ ਝੋਟੀ, ਅਤੇ ਮਾਸ਼ਾਅੱਲਾ ਚੰਗਾ ਕਰਮ ਵਾਲੀ ਕੋਲ ਲਿਵਾ, ਸ਼ਾਹ ਕਾਲੀ ਮੁਸ਼ਕਿਲ ਨੇ, ਸੋਹਣਾ ਸਿਰ ਕਰਮ ਵਾਲੀ ਕੋਲ, ਨਿੱਕਾ ਨਿੱਕਾ ਸਿੰਘ ਹੈ, ਸਿੰਘ ਥੋੜ੍ਹਾ ਜਿਹਾ ਵੱਡਾ ਲੱਗਦਾ, ਲੇਕਿਨ ਸਿੰਘ ਸੋਹਣਾ, ਕਾਲੀ ਸ਼ਾਹ ਹੈ, ਝੋਟੀ ਚੈੱਕ ਕਰੋ, ਅਤੇ ਥੱਲੋਂ ਮਾਸ਼ਾਅੱਲਾ ਕਰਮ ਵਾਲੀ ਨੇ ਮੁਸ਼ਕਿਲ ਲਾਈਆਂ ਹੋਈਆਂ ਨੇ, ਚੈੱਕ ਕਰੋ, ਸੋਹਣਾ ਥਨ ਮਾਸ਼ਾਅੱਲਾ, ਮੁੱਠ ਮੁੱਠ ਦਾ, ਚੰਗੀਆਂ ਵੰਡਾਂ 'ਚ, ਕਵਾਲ ਵਾਲੀ ਹੈ, 20 ਤੋਂ 22 ਸੈਟ 25 ਸੈਟ ਦੁੱਧ ਕਰਨ ਵਾਲੀ, ਅਤੇ ਦੂਜੇ ਨੇ ਨਾ ਜੀ, ਗਰੰਟੀ ਨਾਲ ਦੂਜੇ ਨੇ ਮਾਸ਼ਾਅੱਲਾ ਜੀ, ਇੱਕੋ ਹੀ ਅੱਡੀ ਦੀ ਹੈ, ਬਰੀਕ ਪੁਛਲ ਹੈ ਪੈਰਾਂ ਤੱਕ, ਚੈੱਕ ਕਰੋ ਜੀ, ਸੋਹਣਾ ਮਾਸ਼ਾਅੱਲਾ ਕਰਮ ਵਾਲੀ ਕੋਲ ਲਿਬਾਸ ਹੈ, ਚੰਗੀਆਂ ਮੱਲਾਂ ਮਾਰੀਆਂ ਹੋਈਆਂ ਨੇ, ਤੇ ਨਿੱਕੀ ਜੀ ਵੱਖੀ ਹੈ, ਚੰਗਾ ਪੁੱਠਾ ਛੁੱਠਾ, ਤੇ ਕਿੰਨੇ ਕੁ ਦਿਨ ਲਾਲਾ ਕੱਢ ਜਾਏਗੀ? ਮਾਈ ਘੱਟ ਤੋਂ ਘੱਟ 4-5 ਦਿਨ, ਦਿਨ ਪੂਰੇ ਹੋਣ ਜਿਹੜੇ ਨੇ, ਮਾਲਕ ਨੇ ਦੱਸਿਆ 4-5 ਦਿਨ, ਇਹ ਘੱਟ ਨੇ ਰਹਿੰਦੇ ਨੇ ਸੁਣਨ ਵਾਲੇ। ਅੱਛਾ ਜੀ, ਜਿਹੜੀ ਲਾਲਾ ਝੋਟੀ ਪਹਿਲਾਂ ਨੇ, ਇਹ ਕਿੰਨੇ ਕੁ ਦਿਨ ਕੱਢਣੀ ਹੈ? ਕੱਢ ਜਾਏਗੀ ਮਾਸ਼ਾਅੱਲਾ ਜੀ, ਇਹ ਕਰਮ ਵਾਲੀ ਪਹਿਲਾਂ ਨੇ, ਤੇ ਸੋਹਣਾ ਥਾਂ ਨੇ ਮਾਸ਼ਾਅੱਲਾ, ਮੁੱਠ ਮੁੱਠ ਦਾ ਗੁੱਲ ਹੈ ਕਰਮ ਵਾਲੀ ਨੂੰ, ਤੇ ਚੰਗੇ ਦਿਨ ਵਾਵਾ ਕੱਢ ਜਾਏਗੀ, ਮਤਲਬ ਕਿ 8-10 ਦਿਨ ਕੱਢ ਜਾਏਗੀ, ਬਰੀਕ ਪੁਛਲ ਪੈਰੇ ਪਹਿਲਾਂ ਧਾਗੇ ਵਰਗੀ, ਤੇ ਸਥਾਨ ਕਰਮ ਵਾਲੀ ਨੂੰ ਬੜਾ ਸੋਹਣਾ ਹੈਗਾ, ਚੈੱਕ ਕਰੋ ਲਾਲਾ, ਪੈਰ ਕਿਉਂ ਨੱਪਦੀ ਹੈ? ਅੱਛਾ, ਇੱਕ ਅੱਖ ਚਿੱਟੀ ਹੈ, ਇੱਕ ਅੱਖ ਕਾਲੀ ਹੈ,
ਤੇ ਸਿਰ ਮੱਥਾ ਬੜਾ ਸੋਹਣਾ ਹੈਗਾ ਮਾਸ਼ਾਅੱਲਾ, ਕੱਦ ਕੁੱਦ ਵੀ ਚੰਗਾ, ਲੰਮੀ ਵੀ ਚੰਗੀ ਹੈ ਤੇ ਬੜੀ ਸੁਥਰੀ ਮਾਸ਼ਾਅੱਲਾ ਪਹਿਲਾਂ ਹੀ ਚੁੱਟੀ ਹੈ। ਇੱਕੋ ਹੀ ਅੱਡੀ ਜੀ ਚੈੱਕ ਕਰੋ, ਚਲੋ ਬੰਦ ਜੀ। ਆਹ ਚਾਰ ਜਾਨਵਰ ਨੇ, ਹੁਣ ਤੁਹਾਨੂੰ ਦੁਬਾਰਾ ਫਿਰ ਦੱਸ ਦਈਏ ਜੀ, ਆਹ ਛੋਟੀ ਜਿਹੜੀ ਹੈਗੀ ਕੈਲੀ ਤੇ ਰੱਤੀ ਬੁਰੀ, ਜੇ ਰੱਤੀ ਬੁਰੀ ਕਹਿੰਦੇ ਨੇ, ਇਹ ਮਾਸ਼ਾਅੱਲਾ ਡਿਲੀਵਰੀ ਵਾਸਤੇ ਤਿਆਰ ਹੈ, 5 ਤੋਂ 8 ਤੋਂ 10 ਦਿਨ ਕੱਢਦੀ ਹਲੇ ਤੇ ਬੜੀ ਖੂਬਸੂਰਤ ਹੈ। ਦੂਜਿਆਂ ਛੋਟੀ ਹੈ, ਇਹ ਦੂਜਾ ਵਾਰ ਇਹਨੇ ਸੁਣਿਆ ਤੇ ਮਤਲਬ 8 ਤੋਂ 10 ਦਿਨ ਕੱਢਦੀ ਹੈ। ਚਾਰੇ ਜਾਨਵਰ ਡਿਲੀਵਰੀ ਵਾਸਤੇ ਤਿਆਰ ਨੇ। ਉਸ ਤੋਂ ਬਾਅਦ ਜੀ ਆਹ ਜਿਹੜੀ ਛੋਟੀ ਹੈ ਇਹ ਦੂਜੇ ਨੰਬਰ 'ਤੇ, ਇਹ ਪਹਿਲਾਂ ਨੇ ਤੇ ਇਹਨੇ ਦਿਨ ਕੱਢਦੀ ਕੋਈ 4 ਤੋਂ 5, ਇਹ ਕੱਚੀ ਮਤਲਬ ਤਿਆਰ ਹੈ, 4 ਤੋਂ 5 ਦਿਨ ਮਸਾਂ ਕੱਢੇਗੀ। ਸੋਹਣੀ ਸੁਥਰੀ ਮਾਸ਼ਾਅੱਲਾ ਬੜੀ ਹੈ, ਬੜੀ ਖੂਬਸੂਰਤ ਹੈ। ਦਿਲ ਦਾਲਾ ਕਿਹੜੇ ਇਲਾਕੇ ਦੀਆਂ ਚਾਰੇ ਜਾਨਵਰ? ਸਾਰੇ ਖਾਸ ਨੂਰਸ਼ਾਹ ਇਲਾਕੇ ਦੀਆਂ ਨੇ, ਖਾਸ ਨੂਰਸ਼ਾਹ ਇਲਾਕੇ ਦੀਆਂ ਨੇ, ਰਾਵੀ ਦੇ ਇਲਾਕੇ ਦੀਆਂ ਮੱਝਾਂ ਨੇ ਤੇ ਕਰਮਾਂ ਵਾਲੀਆਂ ਬੜੀਆਂ ਸੁਥਰੀਆਂ ਨੇ। ਆਹ ਪਹਿਲਾਂ ਨੇ, ਆਹ ਉਸ ਤੋਂ ਬਾਅਦ ਦੂਜਿਆਂ ਨੇ, ਆਹ ਛੋਟੀ ਮਾਸ਼ਾਅੱਲਾ ਦੂਜਿਆਂ ਨੇ ਤੇ ਕਰਮਾਂ ਵਾਲੀ ਕੋਲ ਸੋਹਣਾ ਸੁਥਰਾ ਲਿਬਾਸ ਹੈ, ਬੜਾ ਲਿਬਾਸ ਹੈ, ਚੈੱਕ ਕਰੋ। ਇਹ ਦਿਨ ਕਿੰਨੇ ਕੱਢ ਜਾਏਗੀ? 2-4 ਦਿਨ ਮਤਲਬ 2 ਦਿਨ ਕੱਢ ਜਾਏਗੀ। ਹਾਂਜੀ ਇਹ ਤਿਆਰ ਹੈ ਜੀ ਇਹ ਵੀ। ਉਸ ਤੋਂ ਬਾਅਦ ਜੀ ਆਹ ਪਹਿਲਾਂ ਨੇ, ਇਹ ਮਾਸ਼ਾਅੱਲਾ ਦਿਨ ਕੱਢੇਗੀ ਕੋਈ 8 ਤੋਂ 10 ਕਿਉਂ, ਕੱਚੀ ਹਲੇ ਤੀਕਰ ਸੋਹਣੀ ਹੈ ਮਾਸ਼ਾਅੱਲਾ। ਅੱਛਾ ਲਾਲਾ ਸਾਹਮਣੇ ਆ ਕੇ ਨਾ ਤੇ ਕੀਮਤਾਂ ਦੱਸ ਦੇ, ਜਿਹੜੀਆਂ ਪੱਖੀਆਂ ਪੱਖੀਆਂ ਜਿੰਨੇ ਨੇ ਆਪਾਂ ਦੇਣੀਆਂ ਨੇ, ਪਹਿਲਾਂ ਤਾਰਫ ਕਰਾਰਿਆਂ ਦਾ ਨਾਮ ਦੱਸ ਦੀ। ਮੇਰਾ ਨਾਮ ਨਿਆਜ਼ ਅਲੀ ਹੈ। ਨਿਆਜ਼ ਅਲੀ ਜੀ, ਅੱਛਾ ਜੀ। ਤੇ ਜਿਹੜੇ ਜਾਨਵਰ ਆਪਣੇ ਕੋਲ ਕਿੰਨੇ ਨੇ ਇਸ ਟਾਈਮ? ਚਾਰੇ ਸੋਹਣ ਵਾਲੀਆਂ ਨੇ। ਅੱਛਾ ਜਿਹੜੀ ਰੱਤੀ ਕੈਲੀ ਮੱਝ ਹੈ, ਇਹਦਾ ਕੀ ਮੁੱਲ ਸ਼ੁੱਲ ਹੈਗਾ, ਕੀ ਡਿਮਾਂਡ, ਇਹਦਾ ਕਿੰਨੇ ਕੁ ਦਿਨ ਕੱਢ ਜਾਏਗੀ? ਥੋੜਾ ਉੱਚੀ ਬੋਲੀ ਆ। ਹੁਣ ਫਾਈਨਲ ਦੱਸ ਦੇ ਕਿੰਨੇ ਦੇਣੀ? ਨਹੀਂ ਫਾਈਨਲ ਆ 8.5 ਬਹੁਤ ਮੁੱਲ ਹੈ, ਪੂਰਾ ਕਰਾਂਗੇ ਕਰ ਲਾਂਗੇ। ਠੀਕ ਹੋ ਗਿਆ, ਡਿਮਾਂਡ 8.5 ਲੱਖ ਹੈ ਤੇ ਫੁੱਲ ਪਿਆਰ ਪੋਟੈਂਸ਼ੀਅਲ ਹੋ ਜਾਏਗਾ। ਠੀਕ ਹੋ ਗਿਆ। ਜਿਹੜੀ ਆ ਪਹਿਲਾਂ ਝੁੱਟੀ ਏ, ਇਹਦਾ ਕੀ ਮੁੱਲ ਸ਼ੁੱਲ ਹੈਗਾ ਜੀ? ਪੱਕਾ ਆ ਇਹਦਾ ਲਾਲਾ 6.5 ਲੱਖ? 6.5 ਕੋ ਪੱਕਾ ਕਰ ਯਾਰ, 6.5 ਮੁੱਲ ਅੱਜ ਕੀ ਤੂੰ ਬੜੇ ਕਰਨਾ, ਮੈਂ ਖੈਰ ਗੁੱਸਾ ਕੀਤੀ ਲੋਤਾਂ। ਮੰਡੀਆਂ ਮੱਝਾਂ ਸਟਿੰਗੀਆਂ ਨੇ ਮਾਸ਼ਾਅੱਲਾ, ਤੇਰੀਆਂ ਕਰਮਾਂ ਵਾਲੀ ਸੋਹਣੀਆਂ ਨੇ ਤੇ ਤਾਂ ਹੀ ਵੀਡੀਓ ਬਣਾਉਣ ਲੱਗੇ ਆ। ਤੇ ਹੁਣ ਤੂੰ ਮੁੱਲ ਪੂਰਾ ਕਰਨਾ ਯਾਰ, ਲੈਣ ਦੇਣ ਵਾਲੀ ਗੱਲ ਕਰ, ਤੂੰ ਮੁੱਲ ਬਹੁਤ ਕਰ ਰਹੇ ਆ। ਅੱਛਾ ਠੀਕ ਹੋ ਗਿਆ, 6.5 ਛੋਟੀ ਜੀ ਥੱਲੋ ਚੰਗੀ ਮਾਸ਼ਾਅੱਲਾ ਵੇਖ ਲਈਏ, ਲੇਕਿਨ ਕਦ ਥੋੜਾ ਜਿਹਾ ਹੈਗਾ ਉਹ ਤਾਂ ਮਾਸ਼ਾਅੱਲਾ ਮਾਰੀ ਖਲੀਏ, ਦੁੱਧ ਸ਼ੁੱਧ ਕੀ ਕਰੇ ਜੀ, ਸਾਰਾ ਵੀ ਕਰੇ ਜੀ ਕਿ ਨਹੀਂ? ਦੁੱਧ ਮਾਲਕ ਇਹਦਾ ਕਹਿੰਦਾ ਜੀ 18 ਲੀਟਰ ਕਰਦੀ ਜੀ ਸਿਰਫ ਨਿਰੇ ਪੱਠਿਆਂ ਦੇ। ਅੱਛਾ ਜੀ ਹਾਂਜੀ, ਹੁਣ ਸੂਏਗੀ ਤਾਂ ਦੇ ਹੁਕਮ ਨਾਲ ਹੁਣੇ ਵਧੇਗੀ। ਅੱਛਾ ਠੀਕ ਹੋ ਗਿਆ। ਤੇ ਇਹਨਾਂ ਹੁਣ ਕੀ ਲਿਖਾ ਲੁਖਾ ਲੈਣਾ, ਕੋਈ ਪੱਕਾ ਜਿਹਾ ਕਰਦੇ ਯਾਰ ਨੇ ਯਾਰ, ਕੋਈ ਜਾਇਜ਼ ਕਰੇਗਾ ਤੇ ਲੋਕੀ ਭਰਾ ਨੇ ਰਾਬਤਾ ਕਰਨਾ, ਕੋਈ ਜਾਇਜ਼ ਤਾਂ ਕਰ ਮਾੜਾ, ਪੂਰਾ ਮੁੱਲ ਕਰਦੇ ਵੀ ਆ, ਇੰਨੇ ਦੇ ਦੇਣ ਯਾਰ, ਥੋੜੀ ਬਹੁਤ ਗੁਜਾਇਸ਼ ਹੋ ਜਾਏਗੀ। 8.5 ਲੱਖ? 8.5 ਲੱਖ ਠੀਕ ਹੋ ਗਿਆ। ਤੇ ਜਿਹੜੀ ਆ ਪਹਿਲਾਂ ਝੁੱਟੀ ਹੈ, ਇਹ ਕਿੰਨੇ ਕੁ ਦਿਨ ਕੱਢ ਦਈਏ? 10-12 ਦਿਨ ਕੱਢ ਜਾਏਗੀ। ਕੀ ਲਿਖਾ ਲੁਖਾ ਹੈਗਾ ਇਹਦਾ ਪੱਕਾ ਜਿਹਾ? 5 ਲੱਖ 20 ਹਜ਼ਾਰ। ਇਹ ਉਸਲਾ 20 ਛੱਡਣਾ ਜਿਹੜਾ? ਠੀਕ ਹੋ ਗਿਆ, 5 ਲੱਖ 20 ਹਜ਼ਾਰ ਰੁਪਈਆ ਦਾ ਮੁੱਲ ਹੈ ਜੀ। ਜਾਨਵਰ ਤੁਹਾਨੂੰ ਤਿਆਰੇ ਦਿਖਾਤੇ ਨੇ ਜੀ, ਮਾਸ਼ਾਅੱਲਾ ਬੜੇ ਖੂਬਸੂਰਤ ਨੇ, ਸੋਹਣੇ ਜਾਨਵਰ ਨੇ। ਅਗਰ ਕੋਈ ਬੰਦਾ ਲੈਣਾ ਚਾਹੁੰਦਾ ਹੋਵੇ ਰਾਬਤਾ ਕਰ ਸਕਦਾ, ਸਕਰੀਨ 'ਤੇ ਨੰਬਰ ਮੈਂਸ਼ਨ ਨੇ। ਇਨਸ਼ਾਅੱਲਾ ਮਿਲਦੀ ਅਗਲੀ ਵੀਡੀਓ 'ਚ, ਆਪਣਾ ਖਿਆਲ ਰੱਖੇਗਾ, ਅੱਲਾ ਹਾਫਿਜ਼।